ਪੁਲਿਸ ਨੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਵਿਦਿਆਰਥੀ ਯੂਨੀਅਨ ਦੇ 2 ਲੀਡਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੀਡਰ ਗਾਂਧੀ ਗਰੁੱਪ ਦੇ ਯੂਨੀਅਨ ਨਾਲ ਜੁੜੇ ਹੋਏ ਹਨ। ਇਹਨਾਂ ਦਾ ਨਾਮ ਹਰਮਨ ਸਿੰਘ ਸਮਾਣਾ ਅਤੇ ਅਰਮਾਨਦੀਪ ਸਿੰਘ ਚੀਮਾ ਦੱਸਿਆ ਜਾ ਰਿਹਾ। ਇਹਨਾਂ ਦੇ ਇਲਜ਼ਾਮ ਹਨ ਕਿ ਨਾਭਾ ਜੇਲ੍ਹ ਦੇ ਮਾਸਟਰਮਾਈਂਡ ਨੀਟਾ ਦਿਓਲ ਨੂੰ ਇਹਨਾਂ ਨੇ ਪਨਾਹ ਦਿੱਤੀ ਸੀ। ਦੱਸ ਦਈਏ ਕਿ ਨਾਭਾ ਜੇਲ੍ਹ ਬ੍ਰੇਕ ਦਾ ਮੁੱਖ ਮੁਲਜ਼ਮ ਵਿੱਕੀ ਗੌਂਡਰ ਅਜੇ ਤੱਕ ਗ੍ਰਿਫਤਾਰੀ ਤੋਂ ਬਾਹਰ ਹੈ। ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਦੌਰਾਨ ਹਰਮਨ ਸਿੰਘ ਵਿਰਕ ਅਤੇ ਅਰਮਾਨਦੀਪ ਸਿੰਘ ਚੀਮਾ ਨੂੰ ਰਾਜਪੁਰਾ ਤੋਂ ਕਾਬੂ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਕੁਲਦੀਪ ਸਿੰਘ ਉਰਫ ਨੀਟਾ ਦਿਓਲ ਨੂੰ ਨਸ਼ਾ ਵੀ ਸਪਲਾਈ ਕਰਦੇ ਸੀ ਤੇ ਪੈਸੇ ਪੱਖੋਂ ਵੀ ਮਦਦ ਕਰਦੇ ਸਨ। 2 ਲੜਕੇ ਗਾਂਧੀ ਗਰੁੱਪ ਨਾਲ ਸੰਬੰਧਿਤ ਹੈਗੇ ਸੀ, ਇੱਕ ਹਰਮਨ ਵਿਰਕ ਇੱਕ ਅਰਮਾਨ ਚੀਮਾ, 2 ਲੜਕੇ ਨੇ ਜੋ ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਨਾਲ ਸੰਬੰਧ ਰੱਖਦੇ ਸੀ। ਇਹਨਾਂ ਤੋਂ 700 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ ਅਤੇ 2 ਪਾਸਪੋਰਟ ਮਿਲੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਪਾਸਪੋਰਟ ਨਾਭਾ ਜੇਲ੍ਹ ਕਾਂਡ ਦੇ ਦੋਸ਼ੀ ਉਹਨਾਂ ਨਾਲ ਸੰਬੰਧਿਤ ਹੈ। ਇਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਉਹਨਾਂ ਨਾਲ ਕੀ ਜਿਹੜੇ ਮੇਨ ਚੀਜ਼ ਨਾਭਾ ਜੇਲ੍ਹ ਕਾਂਡ ਦੇ ਹੈਗੇ ਉਹਨਾਂ ਨਾਲ ਕੀ ਸੰਬੰਧ। ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ ਦੀ ਰਿਪੋਰਟ।